ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣ ਵਾਲੀਆਂ ਨੇ ਅਤੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜੰਗੀ ਪੱਧਰ ਤੇ ਜਾਰੀ ਹੈ। ਇਸੇ ਤਰ੍ਹਾਂ ਰਜਿੰਦਰ ਨਗਰ ਵਾਰਡ ਨੰਬਰ 102 ਐਨ ਤੋਂ ਅਕਾਲੀ ਬੀਜੇਪੀ ਗੱਠਜੋੜ ਦੇ ਉਮੀਦਵਾਰ ਪਰਮਜੀਤ ਸਿੰਘ ਰਾਣਾ ਵੱਲੋਂ ਵੀ ਆਪਣੇ ਸਮਰਥਕਾਂ ਸਮੇਤ ਚੋਣ ਪ੍ਰਚਾਰ ਜਾਰੀ ਹੈ। ਉਹਨਾਂ ਰਜਿੰਦਰ ਨਗਰ ਕਰੋਲ ਬਾਗ ਵਿੱਚ ਵੀ ਇੱਕ ਰੋਡ ਸ਼ੋਅ ਕੀਤਾ। ਪਰਮਜੀਤ ਸਿੰਘ ਰਾਣਾ ਨੇ ਵੋਟਰਾਂ ਨੂੰ ਚੋਣ ਨਿਸ਼ਾਨ ਕਮਲ ਤੇ ਮੋਹਰ ਲਗਾਉਣ ਦੀ ਬੇਨਤੀ ਕੀਤੀ ਅਤੇ ਜਿੱਤਣ ਉਪਰੰਤ ਉਹਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਮੈਨੂੰ ਲੱਗਦਾ ਕਿ ਪੂਰੇ ਦਿੱਲੀ ਦੇ ਵਿੱਚ ਲਾਸਟ ਦਿਨ ਹੈ ਪ੍ਰਚਾਰ ਦਾ, ਔਰ ਤੁਸੀਂ ਦੇਖ ਰਹੇ ਹੋ ਕਿ ਮੋਦੀ ਦੀ ਲਹਿਰ ਕਿਵੇਂ ਚੱਲ ਰਹੀ ਹੈ। ਹਰ ਵੋਟਰ ਨੇ ਮਨ ਬਣਾ ਲਿਆ ਕਿ ਵੋਟ ਬੀਜੇਪੀ ਨੂੰ ਦੇਣੀ ਹੈ, ਔਰ 200 ਤੋਂ ਵੱਧ ਸੀਟਾਂ ਲੈ ਕੇ ਆਵਾਂਗੇ। ਔਰ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਾਰੇ ਜਿਹੜੇ ਦੂਜੀ ਪਾਰਟੀਆਂ ਦੇ ਲੋਕ ਵੀ ਇਸ ਵੇਲੇ ਬੀਜੇਪੀ ਨੂੰ ਜੁਆਇਨ ਕਰ ਰਹੇ ਆ, ਇੱਕ ਤਾਕਤ ਬਣ ਰਹੀ ਹੈ, ਇੱਕ ਵਿਸ਼ਾਲ ਤਾਕਤ ਬਣ ਰਹੀ ਹੈ। ਔਰ ਅਸੀਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਅੱਜ ਸਾਰੇ ਬੀਜੇਪੀ ਦੀ ਸੋਚ ਦੇ ਨਾਲ ਦਿੱਲੀ ਦਾ ਭਵਿੱਖ ਉਜਲ ਕਰਨਾ ਚਾਹੁੰਦੇ ਨੇ, ਔਰ ਜਿਹੜੇ ਦਿੱਲੀ ਦਾ ਭਵਿੱਖ ਖਰਾਬ ਕਰਨ ਵਾਲੇ ਨੇ ਉਹਨਾਂ ਨੂੰ ਛੋੜ ਕੇ ਭਾਜਪਾ ਜੁਆਇਨ ਕਰ ਰਹੇ ਆ, ਆਪ ਸਭ ਦਾ ਸਵਾਗਤ ਕਰ ਰਿਹਾ। ਐਸਕੇ ਪੁਰੀ ਸਾਹਿਬ ਜੋ ਬਹੁਤ ਵੱਡੇ ਸਾਡੇ ਇਲਾਕੇ ਦੇ ਨੇਤਾ ਸਨ, ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ। ਹਮਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੀ ਔਰ ਅਮਿਤ ਸ਼ਾਹ ਜੀ ਕੀ ਜੋ ਵਿਚਾਰਧਾਰਾ ਹੈ ਜੋ ਨਈ ਭਾਰਤ ਬਣਾਉਣ ਕਾ ਉਸਸੇ ਹਮ ਲੋਕ ਪੂਰਾ ਹਮੀ ਨਹੀਂ ਪੂਰਾ ਦੇਸ਼ ਪ੍ਰਭਾਵਿਤ ਹੈ ਔਰ ਨਈ ਭਾਰਤ ਬਣਾਉਣ ਕੀ ਦਿਸ਼ਾ ਮੈਂ ਨਰਿੰਦਰ ਮੋਦੀ ਜੀ ਕਾ ਜੋ ਨਾਰਾ ਹੈ ਸਬਕਾ ਸਾਥ ਸਬਕਾ ਵਿਕਾਸ ਉਸਕੇ ਸਾਥ ਇਹ ਦੇਸ਼ ਬੜ ਰਹਾ ਹੈ ਔਰ ਉਸੀ ਕਾ ਅੱਜ ਪਰਿਣਾਮ ਹੈ ਕਿ ਯਹਾਂ ਪਰ ਹਜ਼ਾਰੋਂ ਹਜ਼ਾਰੋਂ ਕੀ ਸੰਖਿਆ ਮੈਂ ਇਸ ਖੇਤਰ ਕੇ ਕਾਰਕਰਤਾ ਪਰਮਜੀਤ ਸਿੰਘ ਰਾਣਾ ਕੋ ਭਾਰੀ ਬਹੁਮਤ ਸੇ ਜਿਤਾ ਕਰਕੇ ਨਿਗਮ ਮੈਂ ਮੇਅਰ ਬਣਾਉਣ ਕੀ ਠਾਨ ਲਈ ਹੈ ਔਰ ਹਮ ਦਿੱਲੀ ਕੇ ਅੰਦਰ ਤਿੰਨੋਂ ਨਿਗਮ ਜਿੱਤ ਕਰਕੇ ਨਰਿੰਦਰ ਮੋਦੀ ਜੀ ਕਾ ਅਮਿਤ ਸ਼ਾਹ ਜੀ ਕਾ ਹੱਥ ਕੋ ਮਜ਼ਬੂਤ ਕਰੇਂਗੇ।